एतिमान चैनल देख रहे सारे दर्शकों का मैं मनप्रीत सिंह ने कर दिया निघा स्वागत। होर बतेरे जानकारी दे लई बने रहो साडे चैनल दे नाल। कलयुग के जमाने विच हर इंसान स्वार्थी हो जाता है अते मतलबी हो जाता है। एक कहावतां विच सुनिया ही सी, पुत कपुत हो जाते ने यह भी सुनिया सी। पर कुराली के प्रभ आसरा संस्था विच आसरा लैन पुजी पिंड जटाणा की रहने वाली जतेंद्र कौर ने अपने छोटे जे पुत्र नाल पुजी। इस मौके पत्रकारां दे नाल गलबात करदे आ पिंड जटाणा जिला रूपनगर की रहन वाली जतेंद्र कौर ने दस्या कि मेरी बीमारी ते पैसा खर्च हुंदा सी, जिस कारण घर विच लड़ाई झगड़ा रहन लग पिया। उसने दस्या कि 3 दिन पहला मैनू मेरे पति ने कुटमार करके घरों कढ दिता अते रात सड़क ते भुखे प्यासे बिताण तो बाद पैदल ही पिंड जटाणे तो रोपड़ पुजी ते उस तो बाद गुरु टिब्बी साहब गुरद्वारा विच पुजी, पर उन्होंने भी रात नू रखन तो मना कर दिता। उस तो बाद किसी के दसन ते कुराली प्रभ आसरा विच पैदल ही पहुँच गई जिथे उसकी सांभ संभाल की जा रही है। दूजे पासे प्रभ आसरा दे मुखी भाई शमशेर सिंह ने दस्या कि साडे चैनल नाल गलबात करदिया उन्होंने कहा कि अजिहे लोगों ते बनदी कारवाई करनी चाहीदी है। उन्होंने कहा कि औरत ते बच्चे नू इंसाफ दवाउण दे लई कुछ भी करन दे लई तैयार हन। होर कुछ की कहा आओ तुहानू वी सुणांदे हां। ਪੰਜ ਕਿਆ ਨਾਮ ਹੈ ਤੁਹਾਡਾ? ਮੇਰਾ ਨਾਮ ਜਤਿੰਦਰ ਕੌਰ ਹੈ। ਅੱਛਾ ਜਤਿੰਦਰ ਕੌਰ ਜੀ, ਕੀ ਗੱਲ ਹੋ ਗਈ ਜਿਹੜਾ ਅੱਜ ਤੁਸੀਂ ਪ੍ਰਭ ਆਸਰਾ ਦੇ ਵਿੱਚ ਆਏ ਹੋ ਜੀ? ਮੇਰਾ ਘਰ ਵਾਲੇ, ਮੇਰਾ ਨਾ ਪ੍ਰੋਬਲਮ ਸੀ, ਉਹ ਮੇਰਾ ਪੈਸਾ ਮੇਰਾ ਖਰਚਾ ਚੁੱਕ ਨਹੀਂ ਸੀ ਸਕਦਾ ਸੀ, ਫਿਰ ਮੈਨੂੰ ਮਾਰਦਾ। ਕੀ ਪ੍ਰੋਬਲਮ ਕੀ ਸੀ? ਮੇਰੇ ਬੱਚੇ ਦਾਨੀ ਚ ਰਸੌਲੀ ਸੀ, ਫਿਰ ਉਹਨਾਂ ਨੇ ਡਾਕਟਰ ਨੇ ਕੈਂਸਰ ਓਵੇਰੀਅਨ ਕੈਂਸਰ ਨਿਕਲਿਆ ਜੀ, ਟੈਸਟ ਲਿਖਿਆ ਉਹਨਾਂ ਨੇ ਓਵੇਰੀਅਨ ਕੈਂਸਰ ਨਿਕਲਿਆ ਜੀ। 3-4 ਰਿਪੋਰਟਾਂ ਕਰਵਾਈਆਂ ਜੀ, ਉਹ ਵੱਧਦਾ ਜਾ ਰਿਹਾ ਸੀ, ਫਿਰ ਅਲਟਰਾਸਾਊਂਡ ਸੀ, ਡਾਕਟਰਾਂ ਨੇ ਓਪਰੇਸ਼ਨ ਵਾਸਤੇ ਮਨ੍ਹਾ ਕਰਤਾ ਸੀ ਵੀ ਉਮਰ ਘੱਟ ਕਰਨ ਕਰਕੇ ਓਪਰੇਸ਼ਨ ਤੋਂ ਮਨ੍ਹਾ ਕਰਤਾ ਜੀ। ਅਸੀਂ ਛੋਟਾ ਬੇਟਾ ਓਪਰੇਸ਼ਨ ਕਾਰਨ ਮੇਰੇ ਸਹੁਰੇ ਨੇ ਮੇਰੇ ਪੇਕੇ ਛੱਡ ਦਿੱਤਾ, ਜਿਸ ਕਾਰਨ ਫਿਰ ਪਰਸੋਂ ਅਸੀਂ ਉਹ ਆਪਣੇ ਬੇਟੇ ਨੂੰ ਲੈਣ ਗਏ। ਮੇਰੇ ਘਰ ਵਾਲਾ ਸ਼ਰਾਬ ਪੀ ਕੇ ਪੂਰੇ ਰਸਤੇ ਪੀ ਕੇ ਗਿਆ ਜੀ, ਉਹ ਮੈਨੇ ਮੇਰੇ ਪਿਤਾ ਜੀ 'ਤੇ ਹੱਥ ਚੁੱਕਿਆ ਜੀ। ਮੇਰੇ ਪਿਤਾ ਜੀ ਫਿਰ ਵੀ ਸਮਝਾ ਰਹੇ ਸੀ, ਉਸਨੇ ਫਿਰ ਵੀ ਮੈਨੂੰ ਮਾਰ ਕੇ ਪਰੇ ਸਿੱਟਤਾ ਜੀ। ਫਿਰ ਮੇਰੇ ਪਿਤਾ ਜੀ ਗਾਲਾਂ ਕੱਢੀਆਂ ਜੀ। ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਜਿਹੜਾ ਘਰੋਂ ਕੱਢ ਦਿੱਤਾ ਉਹਨਾਂ ਨੇ? 2-3 ਦਿਨ ਹੋ ਗਏ ਜੀ, ਰਾਤ ਬਾਹਰ ਕੱਟੀ ਹੈ ਜੀ। ਅਸੀਂ ਸਵੇਰੇ 8 ਵਜੇ ਤੋਂ ਬਾਹਰ ਨਿਕਲੇ ਹੋਏ ਜੀ, ਤੁਰ ਤੁਰ ਕੇ ਰੋਪੜ ਪਹੁੰਚੇ ਜੀ। ਰੋਪੜ ਤੋਂ ਕਿਸੇ ਨੇ ਰੋਟੀ ਪਾਣੀ ਖਵਾ ਕੇ ਜੀ ਅਸੀਂ ਸਾਨੂੰ ਟਿੱਬੀ ਸਾਹਿਬ ਛੱਡਿਆ ਜੀ। ਟਿੱਬੀ ਸਾਹਿਬ ਤੋਂ ਅਸੀਂ ਪਤਾ ਉਹ ਕਹਿੰਦੇ ਵੀ ਟਿੱਬੀ ਸਾਹਿਬ ਪੁੱਛਿਆ ਜੀ, ਉਹ ਕਹਿੰਦੇ ਅਸੀਂ ਰਾਤ ਰੱਖ ਨਹੀਂ ਸਕਦੇ। ਉੱਥੇ ਇੱਕ ਲੇਡੀਜ਼ ਬੈਠੀ ਸੀ, ਉਹਨੇ ਸਾਨੂੰ ਉਰੇ ਤੋਂ ਐਡਰੈਸ ਦਿੱਤਾ ਜੀ। ਉਹ ਕਹਿੰਦੇ ਪ੍ਰਭ ਆਸਰਾ 'ਚ ਚਲੇ ਜਾਓ, ਸ਼ਾਇਦ ਤੁਹਾਡੀ ਉੱਥੇ ਹੈਲਪ ਹੋ ਸਕਦੀ ਹੈ ਜੀ। ਅਤੇ ਰਾਤ ਕਿੱਥੇ ਕੱਟੀ ਤੁਸੀਂ? ਰਾਤ ਅਸੀਂ ਬਾਹਰ ਕੱਟੀ ਹੈ ਜੀ। ਅੱਛਾ, ਕਿਹੜਾ ਪਿੰਡ ਹੈ ਤੁਹਾਡਾ? ਜਟਾਣਾ ਜੀ। ਜਟਾਣਾ, ਅਤੇ ਪੈਦਲ ਆਏ ਹੋ ਜੀ? ਹਾਂਜੀ, ਜਟਾਣੇ ਤੋਂ ਰੋਪੜ ਤੱਕ ਪੈਦਲ ਯਾਤਰਾ ਪੈਦਲ ਕੀਤੀ ਹੈ ਜੀ। ਅੱਛਾ, ਅਤੇ ਹੁਣ ਸਰਕਾਰ ਅਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਵੀ ਸਾਡੇ ਪ੍ਰਸ਼ਾਸਨ ਸਾਡੀ ਹੈਲਪ ਕਰੇ ਜੀ, ਸਾਡੀ ਮਦਦ ਕਰੇ, ਸਾਨੂੰ ਇਨਸਾਫ ਦਵਾਏ ਜੀ, ਸਾਡੇ ਮੇਰੇ ਬੇਟੇ ਦਾ ਇਨਸਾਫ ਦਵਾਏ ਜੀ। ਇਹਦੀ ਪੜ੍ਹਾਈ ਖਰਾਬ ਹੋ ਰਹੀ ਹੈ ਜੀ, ਬਸ ਇੰਨੇ ਹੀ ਮੇਰੇ ਬੱਚੇ ਦੀ ਜ਼ਿੰਦਗੀ ਬਣ ਜਾਵੇ ਜੀ, ਮੇਰਾ ਸਾਡੀ ਹੈਲਪ ਇੰਨੀ ਕਰ ਦਿਓ ਜੀ, ਸਾਡੀ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ। ਹੁਣ ਜਿਹੜਾ ਪ੍ਰਭ ਆਸਰਾ ਵਾਲਿਆਂ ਨੇ ਤੁਹਾਨੂੰ ਆਸਰਾ ਦਿੱਤਾ ਹੈ, ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਤੁਸੀਂ? ਇਹਨਾਂ ਦਾ ਬਹੁਤ ਧੰਨਵਾਦ ਹੈ ਜੀ, ਹੱਥ ਬੰਨ ਕੇ ਬੇਨਤੀ, ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਸਾਨੂੰ ਕਿਤੇ ਸਹਾਰਾ ਨਹੀਂ ਤਾ ਜੀ, ਸਾਨੂੰ ਇੱਥੇ ਉਮੀਦ ਸੀ ਸਾਨੂੰ ਵੀ ਉਰੇ ਸਾਨੂੰ ਸ਼ਰਨ ਮਿਲ ਸਕਦੀ ਹੈ ਜੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜਿਹਨਾਂ ਨੇ ਸਾਨੂੰ ਉਰੇ ਸ਼ਰਨ ਦਿੱਤੀ ਹੈ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਸਮੂਹ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ। ਕਦੋਂ ਇਹ ਇੱਥੇ ਸ਼ਰਨ ਦੇ ਲੈਣ ਲਈ ਅੱਜ ਇੱਥੇ ਪਹੁੰਚੇ ਨੇ ਜੀ? ਸਾਡੇ ਕੋਲ ਮਤਲਬ 2 ਕੇਸ ਦੁਪਹਿਰੇ ਪਹੁੰਚੇ ਹੈਗੇ, ਇੱਕ ਤਾਂ ਪਹਿਲਾਂ ਜਿਹੜਾ ਪਹੁੰਚਿਆ ਹੈ ਉਹਨਾਂ ਦੇ ਦਾਖਲ ਕਰਕੇ ਹਟੇ ਹਾਂ, ਦੂਜਾ ਕੇਸ ਇਹ ਹੈਗਾ ਜਿਹਦੇ ਨਾਲ ਇੱਕ ਛੋਟਾ ਜਿਹਾ ਬੱਚਾ ਹੈ। ਇਹਦੀ ਜੇ ਪੂਰੀ ਕਹਾਣੀ ਚੰਗੀ ਤਰ੍ਹਾਂ ਜੇ ਮੈਂ ਸੁਣੀ, ਅਜੇ ਬਾਕੀ ਹੈ, ਜਿਸ ਦੇ ਵਿੱਚ ਇਹਨਾਂ ਸੀ ਕਿ ਮੇਰੇ ਸਿਹਤ ਨਹੀਂ ਠੀਕ ਸੀ ਅਤੇ ਇਹ ਸਿਹਤ ਜਿਹੜਾ ਇਲਾਜ ਜਿਹੜਾ ਸੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਪਰ ਮੈਨੂੰ ਘਰਦਿਆਂ ਵੱਲੋਂ ਘਰ ਵਾਲੇ ਵੱਲੋਂ ਮੇਰੇ ਨਾਲ ਬਹੁਤ ਜ਼ਿਆਦਾ ਮਤਲਬ ਗੱਲ ਕੁੱਟਮਾਰ ਹੁੰਦੀ ਰਹੀ ਹੈ ਅਤੇ ਮੈਂ ਪੇਕੇ ਪਰਿਵਾਰ ਦੀ ਹੈਲਪ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਹਾਲਾਤ ਐਸੇ ਦੱਸ ਰਹੀ ਹੈ ਕਿ ਇਹਨਾਂ ਦੇ ਦੱਸਣ ਦੇ ਮੁਤਾਬਕ ਕਿ ਪੇਕੇ ਪਰਿਵਾਰ ਨੇ ਇੱਕ ਮੇਰਾ ਛੋਟਾ ਬੱਚਾ ਦਾ ਜ਼ਰੂਰ ਮੈਨੂੰ ਸਹਾਰਾ ਦਿੱਤਾ, ਉਹਨੂੰ ਰੱਖਿਆ, ਪਰ ਮੈਨੂੰ ਰੱਖਣ ਤੋਂ ਅਤੇ ਮੇਰੇ ਇਸ ਬੱਚੇ ਨੂੰ ਰੱਖਣ ਤੋਂ ਉਹਨਾਂ ਨੇ ਹੱਥ ਖੜੇ ਕਰਤੇ ਕਿ ਸਾਡੇ ਹਾਲਾਤ ਇਜਾਜ਼ਤ ਨਹੀਂ ਦਿੰਦੇ। ਅਤੇ ਇਸ ਤਰ੍ਹਾਂ ਦੇ ਵੈਸੇ ਕੇਸ ਸਾਡੇ ਸਾਹਮਣੇ ਪਹਿਲਾਂ ਵੀ ਜਿਵੇਂ ਮੈਂ ਦੱਸ ਰਿਹਾ ਕਿ ਲਗਭਗ ਕਾਫੀ ਕੇਸ ਸਾਡੇ ਕੋਲ ਇੱਥੇ ਇਹੋ ਜਿਹੇ ਪਹੁੰਚੇ, ਅਤੇ ਲੇਡੀਜ਼ ਦੀ ਗੱਲ ਕਰੀਏ ਉਹ ਵੀ ਸੈਕਟਰਾਂ ਦੇ ਵਿੱਚ ਹੀ ਹੈਗੀ ਜਿਹੜੀ ਲੇਡੀਜ਼ ਸਾਡੇ ਕੋਲ ਪਹੁੰਚੀਆਂ ਹੈਗੀਆਂ। ਅਤੇ ਇਹਨਾਂ ਨੂੰ ਮਤਲਬ ਜਦੋਂ ਵੀ ਕੋਈ ਇਹ ਬੇਵਾਸੇ ਲਾਚਾਰ ਜੀ ਲਾਚਾਰੀ ਦੀ ਹਾਲਤ ਵਿੱਚ ਹੁੰਦੀਆਂ, ਬੋਝ ਸਮਝ ਕੇ ਘਰ ਤੋਂ ਕੱਢ ਦਿੱਤਾ ਜਾਂਦਾ, ਬੱਚਿਆਂ ਨਾਲ ਪਹਿਲਾਂ ਵੀ ਮਿਲੀਆਂ ਜਿਨ੍ਹਾਂ ਨੂੰ ਫਿਰ ਜਦੋਂ ਕਿ ਆਪਾਂ ਦੇਖਦੇ ਹਾਂ ਸਾਡੇ ਡਾਕਟਰ ਜਿਹੜੇ ਆ ਬੜਾ ਬਿਲਕੁਲ ਫਿੱਟ
ਡਿਕਲੇਅਰ ਕਰਦੇ ਆ ਕਿ ਮੈਂਟਲੀ ਬਿਲਕੁਲ ਫਿੱਟ ਹਾਂ, ਜਿਸ ਤਰ੍ਹਾਂ ਇਹ ਵੀ ਠੀਕ ਲੱਗ ਰਹੀ ਹੈ ਲੇਡੀ ਬਿਲਕੁਲ, ਅਤੇ ਉਹਨਾਂ ਦੇ ਘਰ ਦੇ ਰਿਸੀਵ ਕਰਨ ਤੋਂ ਇਨਕਾਰ ਕਰ ਦਿੰਦੇ। ਇਹ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਮਤਲਬ ਜੇਕਰ ਉਹ ਇਨਕਾਰ ਕਰਦੇ ਆ ਤਾਂ ਮਤਲਬ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਇਹਨਾਂ ਨੂੰ ਰਿਸਪੈਕਟ ਮਿਲਣੀ ਚਾਹੀਦੀ ਹੈ ਉਹ ਕਿਉਂ ਨਹੀਂ ਮਿਲ ਰਹੀ। ਛੋਟਾ ਜਿਹਾ ਬੱਚਾ ਹੈ, ਇੰਨੇ ਜ਼ਿਆਦਾ ਮਜਬੂਰ ਹੋ ਗਏ ਕਿ ਸੜਕਾਂ 'ਤੇ ਨਿਕਲਣ ਲਈ ਤਿਆਰ ਹੋ ਗਏ, ਅਤੇ ਸੜਕਾਂ 'ਤੇ ਹੁਣ ਕਿੰਨਾ, ਤੁਹਾਨੂੰ ਪਤਾ ਵੀ ਕਿੰਨਾ ਵੱਡਾ ਰਿਸਕ ਹੈ, ਅਤੇ ਇੱਕ ਔਰਤ ਨੀਲੇ ਆਕਾਸ਼ ਥੱਲੇ ਅੱਤ ਦੀ ਜੋ ਵੀ ਇਹੋ ਜਿਹੇ ਹਾਲਾਤ ਬਣੇ ਸਾਡੇ, ਹੈ ਨਾ, ਹਨੇਰੀਆਂ ਝੱਖੜਾਂ ਦੇ ਵਿੱਚ, ਹਨੇਰੀਆਂ ਰਾਤਾਂ ਦੇ ਵਿੱਚ ਸੜਕਾਂ 'ਤੇ ਰੌਲੇ ਭਰ ਸਕਦਾ ਹੈ। ਦੂਜੀ ਗੱਲ ਤੁਹਾਡੇ ਥਰੂ ਇਹ ਬੇਨਤੀ ਕਰਨਾ ਕਿ ਮਤਲਬ ਇਹ ਚੱਲ ਕੇ ਜਿਸ ਤਰੀਕੇ ਨਾਲ ਇਹ ਪ੍ਰਭ ਆਸਰਾ ਸੰਸਥਾ ਦੇ ਵਿੱਚ ਪਹੁੰਚੀ, ਪਹਿਲਾਂ ਰਸਤੇ 'ਚ ਕਹਿੰਦੇ ਮੈਂ ਕਿਤੇ ਗੁਰਦੁਆਰਾ ਸਾਹਿਬ ਹੀ ਰੁਕੀ ਹੈ, ਪਰ ਚਲੋ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਪ੍ਰਭ ਆਸਰਾ ਸੰਸਥਾ 'ਚ ਆਓ, ਅਤੇ ਕਹਿੰਦੀ ਪਹਿਲਾਂ ਚਲੋ ਇਹਨਾਂ ਨੂੰ ਵੀ ਕੋਈ ਜਾਣਕਾਰੀ ਸੀ। ਮੈਂ ਹਰ ਬੇਨਤੀ ਕਰਦਾ ਕਿ ਸਾਡੇ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਜਿਹੜਾ ਐਡਾ ਵੱਡਾ ਡਿਪਾਰਟਮੈਂਟ ਹੈ ਸਾਡੇ ਕੰਟਰੀ ਦਾ, ਸਾਡੀ ਸਟੇਟ ਦਾ, ਜਿਹਦੇ ਵਿੱਚ ਸਾਡੇ ਕਿਤਨੇ ਮਤਲਬ ਸੀਨੀਅਰ ਆਈ ਐੱਸ ਔਫਿਸਰ ਲੱਗੇ ਹੈਗੇ ਆ, ਸੈਕਟਰੀ ਹੈਗੇ ਆ, ਪ੍ਰਿੰਸੀਪਲ ਸੈਕਟਰੀ ਹੈਗੇ ਆ, ਸਾਡੇ ਮਿਨਿਸਟਰ ਹੈਗੇ ਆ, ਵੀ ਉਹਨਾਂ ਨੂੰ ਮੈਂ ਹੱਥ ਬੰਨ੍ਹ ਕੇ ਤੁਹਾਡੇ ਥਰੂ ਬੇਨਤੀ ਕਰਨਾ ਹੈ ਕਿ ਇਹਨਾਂ ਦੇ ਪ੍ਰਤੀ ਅਵੇਅਰਨੈਸ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ, ਅਤੇ ਦੂਜੀ ਗੱਲ ਹੈ ਜਿਹੜੇ ਸੰਬੰਧਿਤ ਮਹਿਕਮੇ ਹੈ ਅਤੇ ਅਧਿਕਾਰੀ ਹੈ ਉਹਨਾਂ ਨੂੰ ਸੈਂਸੀਟਾਈਜ਼ ਕਰਨਾ ਬਹੁਤ ਜ਼ਰੂਰੀ ਹੈ ਅਤੇ ਪਬਲਿਕ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ। ਕਿਤੇ ਨਾ ਕਿਤੇ, ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜੋ ਸਰਕਾਰੀ ਮਹਿਕਮੇ ਨੇ ਉਹਨਾਂ ਬਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਪਤਾ ਹੀ ਨਹੀਂ ਕਿ ਕਿਹੜਾ ਮਹਿਕਮਾ ਕਿਹੜੇ ਕੰਮ ਲਈ ਵਰਤੋਂ ਦੇ ਵਿੱਚ ਲਿਆਂਦਾ ਜਾ ਸਕਦਾ? ਇੱਕ ਤਾਂ ਸਾਡੇ ਨਾਲ ਰੋਜ਼ ਦੀਆਂ ਹੱਡ ਬੀਤੀਆਂ, ਕੱਲ੍ਹ ਦੇ ਵੀ ਕਈ ਕੇਸ ਹੈਗੀਆਂ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਵੇਰੇ ਵੀ ਕੇਸ ਨੂੰ ਜਿਹਨੂੰ ਅਸੀਂ ਪਹਿਲਾਂ ਦਾਖਲ ਕਰਕੇ ਹਟੇ ਹਾਂ, ਜਿਹੜੇ ਮਤਲਬ ਉਹਦੇ ਪਤੀ ਦੀ ਡੈਥ ਹੋ ਗਈ, ਅੱਜ ਦੀ ਕਹਾਣੀ ਹੈ ਇਹ, ਇਸ ਤੋਂ ਪਹਿਲਾਂ ਜਿਹੜਾ ਕੇਸ ਹੈਗਾ ਔਰਤ ਨੂੰ ਲੈ ਕੇ ਆਏ ਕਿ ਉਹਦੇ ਪਤੀ ਦੀ ਡੈਥ ਹੋ ਗਈ, 10 ਸਾਲ ਤੋਂ ਡਿਪਰੈਸ਼ਨ 'ਚ ਆਪਣੇ ਘਰ ਦੇ ਵਿੱਚ ਹੀ ਕਮਰੇ 'ਚ ਬੰਦ ਹੈ, ਅਤੇ ਹੁਣ ਉਹਦੀ ਲੁੱਕ ਆਫਟਰ ਕਰਨ ਵਾਲੇ ਪਿੰਡ ਵਾਲੇ ਵਿਚਾਰੇ ਰੋਟੀ ਦੇ ਜਾਂਦੇ ਸੀ, ਫਿਰ ਇੰਨੀ ਜ਼ਿਆਦਾ ਸਮੈਲ ਆ ਰਹੀ ਸੀ ਕਿ ਅੰਦਰ ਵੜਨਾ ਵੀ ਮੁਸ਼ਕਲ ਹੋ ਰਿਹਾ ਸੀ, ਉਹ ਸੱਜਣ ਲੈ ਕੇ ਆਈ ਹੈ, ਕਹਿੰਦੇ ਮੈਂ ਤੁਹਾਨੂੰ ਵੀਡੀਓ ਵੀ ਜਿਹੜੀ ਬਣਾਈ ਅਸੀਂ ਭੇਜਾਂਗੇ, ਅਤੇ ਜਿਹੜੇ ਗੱਦੇ 'ਤੇ ਹੈਗੀ ਸੀ ਉਸ ਗੱਦੇ 'ਚ ਕੀੜੇ ਪਏ ਹੋਏ ਸੀ, ਮਤਲਬ ਇਹੋ ਜਿਹੇ ਹਾਲਾਤ ਤੱਕ ਪਹੁੰਚ ਜਾਣਾ, ਸਾਡੇ ਮੈਂਟਲ ਹੈਲਥ ਐਕਟ ਬਣਿਆ ਹੈਗਾ, ਸਾਡਾ ਇਨਫਰਾਸਟਰਕਚਰ ਦੇ ਕੁਛ ਪਰਸੈਂਟ ਹੈਗਾ, ਪਬਲਿਕ ਨੂੰ ਅਵੇਅਰ ਨਹੀਂ ਕੀਤਾ ਗਿਆ, ਪਬਲਿਕ ਅਵੇਅਰ ਕਿੱਦਾਂ ਹੋਵੇ, ਨਹੀਂ ਅਵੇਅਰ ਕੀਤਾ ਗਿਆ, ਸੰਬੰਧਿਤ ਮਹਿਕਮੇ ਉਹਨਾਂ ਨੂੰ ਸੈਂਸੀਟਾਈਜ਼ ਨਹੀਂ ਕੀਤਾ ਗਿਆ, ਸਾਡੀ 100 ਨੰਬਰ, ਸਾਡਾ 112 ਨੰਬਰ, ਸਾਡੀਆਂ ਹੋਰ ਕਿੰਨੀਆਂ ਵੂਮੈਨ ਹੈਲਪਲਾਈਨਸ ਹੈਗੀਆਂ, ਅਤੇ ਮਤਲਬ ਕਿਤੇ ਵੀ ਬੰਦਾ ਨਹੀਂ ਫੋਨ ਕਰ ਰਿਹਾ, ਅਤੇ ਉਹ ਪਤਾ ਲੱਗਦਾ ਮੋਗੇ ਤੋਂ ਚੱਲ ਕੇ ਸਾਡੇ ਕੋਲ ਆਏ ਹੈ, ਅਤੇ ਮਤਲਬ ਉਹ ਪ੍ਰਭ ਆਸਰਾ ਸੰਸਥਾ ਬਾਰੇ ਪਤਾ ਲੱਗ ਸਕਦਾ ਉਹਨਾਂ ਨੂੰ, ਕੀ ਸਰਕਾਰ ਦਾ ਨਹੀਂ ਪਤਾ ਲੱਗ ਸਕਦਾ, ਕਿ ਜਿਹੜੇ ਨਾਰੀ ਨਿਕੇਤਨ ਉਹਨਾਂ ਨੂੰ ਨਹੀਂ ਪਤਾ ਲੱਗਦਾ, ਬੱਚੇ ਲਈ ਜਿਵੇਂ ਔਰਤ ਹੈਗੀ ਉਹਦੇ ਲਈ ਜਿਹੜੇ ਮੈਂਟਲ ਹੈਲਥ ਸਰਵਿਸ ਉਹਦਾ ਕਿਉਂ ਨਹੀਂ ਪਤਾ ਲੱਗਿਆ? ਇਸੇ ਕਰਕੇ ਮੈਂ ਦੁਬਾਰਾ ਫਿਰ ਬੇਨਤੀ ਕਰਨਾ, ਬੜੇ ਦੁੱਖ ਦੀ ਗੱਲ ਹੈ, ਜਿਹਨਾਂ ਦਾ ਪਹਿਲਾਂ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈਗੀ ਹੈ ਫੈਮਿਲੀ ਦੀ, ਕਿ ਜੇ ਉਹਨਾਂ ਦਾ ਕਸੂਰ ਜਿਹੜਾ ਹੈਗਾ ਉਹਦੀ ਬਣਦੀ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਕਿ ਇਹੋ ਜਿਹੀਆਂ ਔਰਤਾਂ ਜਿਹੜੀਆਂ ਸੜਕਾਂ 'ਤੇ ਰੋਣ ਲਈ ਮਜਬੂਰ ਹੈ, ਕਿਉਂਕਿ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਔਰਤਾਂ। ਹੋਰ ਵਧੇਰੇ ਦਿਲਚਸਪ ਅਤੇ ਰੋਚਕ ਖਬਰਾਂ ਦੇਖਣ ਦੇ ਲਈ ਬਣੇ ਰਹੋ ਸਾਡੇ ਇਹ ਤੀਮਾਨ ਚੈਨਲ ਦੇ ਨਾਲ, ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ, ਧੰਨਵਾਦ।